ਸਭ ਗਾਇਸ ਕੀ ਹਾਲ ਚਾਲ, ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਹੋਪ ਤੁਸੀਂ ਇਸ ਇੰਜੋਏ ਕਰ ਸਕੋ ਅਤੇ ਯੇ ਜੰਗ ਵੀ ਹਮੀ ਜੀਤੇਂਗੇ। ਆਪਾਂ ਇਹਦਾ ਰਿਐਕਸ਼ਨ ਦੇ ਲੰਘਿਆ ਅਫੀਸ਼ਲ ਵੀਡੀਓ, ਪਾਕਿਸਤਾਨੀ ਆਰਮੀ ਸੌਂਗ ਹੈ ਇਹ ਵੀ। ਅਤੇ ਹੋਪ ਤੁਸੀਂ ਇੰਜੋਏ ਕਰ ਸਕੋ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੁਸੀਂ ਇਫ ਇੰਜੋਏ ਕੀਤਾ ਥੱਲੇ ਕਮੈਂਟ ਦੱਸ ਦਿਓ ਅਤੇ ਮੇਰਾ ਵਲੌਗ ਜ਼ਰੂਰ ਦੇਖਿਓ। ਚੈਲੇਂਜ ਚਿਲੀ ਚੈਲੇਂਜ ਕੀਤਾ ਸੀਗਾ, ਇੰਜੋਏ ਕਰਿਓ ਦੇਖ ਕੇ। ਅਤੇ ਚਲੋ ਆਪਾਂ ਸ਼ੁਰੂ ਕਰੀਏ ਗਾਇਸ। ਤਾਰੀਖ ਨਹੀਂ ਇੱਕ ਲਿਖੇਂਗੇ, ਯੇ ਜੰਗ ਵੀ ਹਮ ਹੀ ਜੀਤੇਂਗੇ। ਓਕੇ, ਜੀਤੋ, ਜੀਤਨੀ ਚਾਹੀਏ ਪਰ ਪਿਆਰ ਸੇ। ਯੇ ਗੋਲੀਆਂ ਗਾਲੀਆਂ ਦਾ ਕੋਈ ਹੁਣ ਕੰਮ ਨਹੀਂ ਯਾਰ, ਪਿਆਰ ਨਾਲ ਰਹੋ। ਟਨ ਟਨ, ਓਏ ਹੈ, ਮਿਊਜ਼ਿਕ ਤਾਂ ਬੜਾ ਜ਼ਿਆਦਾ ਹੈ। ਯੇ ਜੰਗ ਵੀ ਹਮ ਹੀ ਸਾਰੀ ਆਰਮੀ ਆਪਣੀ ਕਹਿੰਦੀ ਆ ਇੱਕ ਦੂਜੇ ਨੂੰ। ਇਹਨੇ ਇੰਡੀਆ ਵਰਸ ਪਾਕਿਸਤਾਨ ਦਾ ਕਿਉਂ ਦਿਖਾਇਆ ਇੰਦਾ? ਸਹੀ ਗੱਲ ਨਹੀਂ, ਇੱਦਾਂ ਹੀ ਦੱਸਿਆ ਕਿ ਇੰਡੀਆ ਵੀ ਇੰਗੇਜ ਵੀਡੀਓ ਬਣਾ ਦਿੰਦਾ, ਪਾਕਿਸਤਾਨ ਵੀ ਇੰਗੇਜ ਬਣਾ ਦਿੰਦਾ, ਇੱਦਾਂ ਫਿਰ ਪਿਆਰ ਨਹੀਂ ਵੱਧਦਾ। ਬੱਚੇ ਇਹ ਬਹੁਤ ਮਾੜਾ ਹੋਇਆ ਯਾਰ, ਇੱਥੇ ਜਾ ਕੇ ਮੇਰੇ ਤੋਂ ਬਹੁਤ ਦਿਲ ਹੁੰਦਾ। ਅੱਛਾ, ਤਾਰੇ ਇੱਕ ਨਹੀਂ ਲਿਖੇਂਗੇ। ਸਰਦਾਰ ਭਾਜੀ ਸਾਰੇ ਇੱਕੋ ਇਕੱਠੇ ਰਹੋ ਯਾਰ, ਵਾਸਤੇ ਇਹ ਏਕਤਾ। ਔਰ ਯੇ ਬਸਤੇ ਆਜ ਵੀ ਤੁਮ ਸੇ ਕਹਤੇ ਹੈ, ਲਗੇ ਦੀਵਾਰੋਂ ਪੇ ਖੂਨ ਕੇ ਧੱਬੇ ਆਜ ਵੀ ਤੁਮ ਸੇ ਕਹਤੇ ਹੈ। ਇਹ ਵਧੀਆ, ਸਾਰੇ ਏਕਤਾ ਦਿਖਾਈ ਵਿੱਚ ਮਾਰ ਦੋ ਸਾਲਿਆਂ ਨੂੰ। ਜੀਤੇਂਗੇ ਆਏ ਸਾਰੇ ਦੋਨੋਂ ਮੁਲਕ। ਸਹੀ ਗੱਲ ਹੈ, ਪਾਪੀਆਂ ਨੂੰ ਮਾਰੋ ਸਾਰਿਆਂ ਨੂੰ, ਫਿਰ ਆਪਾਂ ਤਾਰੀਖ ਲਿਖਾਂਗੇ ਇਕੱਠੇ ਰਲ ਕੇ। ਪਰ ਰਲ ਕੇ ਗਏ, ਰਲ ਕੇ ਅਲੀ ਅਜ਼ਮਤ। ਸੋ ਗਾਇਸ, ਤਾਰੀਖ ਨਵੀਂ ਲਿਖੋ, ਮਾਰੋ ਚੱਕ ਚੱਕ ਕੇ ਮਾਰੋ ਉਹਨਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ, ਸਾਡੇ ਦੇਸ਼ ਨੂੰ ਖਰਾਬ ਕਰਦੇ। ਚੱਕ ਚੱਕ ਕੇ ਧੋ ਧੋ ਕੇ ਮਾਰੋ, ਸਰਕਾਰ ਦਾ ਬੰਦਾ ਹੋਵੇ ਜਿਹੜਾ ਮਰਜ਼ੀ ਚੱਕ ਕੇ ਮਾਰੋ ਉਹਨੂੰ, ਹੈਂ। ਬਸ ਇਹੀ ਆ, ਪਰ ਪਿਆਰ ਨਾਲ, ਸਟੇ ਵਿਥ ਲਵ ਐਂਡ ਯੂਨਿਟੀ। ਤੁਸੀਂ ਆਪਣੇ ਮੁਲਕ, ਆਪਣੇ ਆਪਣੇ ਨਾਲ ਦੇ ਮੁਲਕਾਂ ਨਾਲ ਲੱਗਦਿਆਂ ਨੂੰ ਉਹਨਾਂ ਤੋਂ ਪਿਆਰ ਨਾਲ ਰਹੋ, ਪਰ ਜਿਹੜਾ ਬੱਚੇ ਉੱਤੇ ਜੁਰਮ ਕਮਾਉਂਦਾ ਉਹਨੂੰ ਚੱਕ ਕੇ ਮਾਰਨਾ ਚਾਹੀਦਾ, ਕਿਸੇ ਧੀ ਭੈਣ ਨੂੰ ਹੱਥ ਲਾਉਂਦਾ ਉਹਨੂੰ ਹੱਥ ਵੜ ਦੇਣਾ ਚਾਹੀਦਾ। ਸੋ ਬਸ ਆਪਣਾ ਇਹੀ ਮੈਸੇਜ ਹੈਗਾ, ਇਸ ਪਿਆਰ ਨਾਲ ਰਹੋ, ਲਿਵ ਲਾਈਫ ਐਂਡ ਲੈ ਅਦਰ ਲਿਵ ਅਜ਼ ਵੈਲ, ਬਟ ਵਿਥ ਪਿਆਰ, ਵਿਥ ਲਵ। ਸੋ ਗਾਇਸ, ਹੋਪ ਤੁਸੀਂ ਇੰਜੋਏ ਕੀਤਾ ਰਿਐਕਸ਼ਨ। ਮੈਂ ਤਾਂ ਬਹੁਤ ਇਮੋਸ਼ਨਲ ਹੋ ਗਿਆ ਸੀ ਅੰਦਰ ਜਦੋਂ ਬੱਚਿਆਂ ਦਾ ਉਹ ਆਪਣੇ ਜੋ ਬੱਚਿਆਂ ਨੂੰ ਮਾਰਿਆ ਸੀਗਾ, ਅਤੇ ਨਿੱਕੇ ਬੱਚਿਆਂ ਨੂੰ, ਅਤੇ ਉਹ ਸਕੂਲ ਦਾ ਬਸਤਾ ਜੋ ਸਾਰੇ ਬੰਬ 'ਤੇ ਰੱਖਦੇ, ਸਾਰੇ ਇਕੱਠੇ ਇਕੱਠੇ, ਹਿੰਦੂ, ਕ੍ਰਿਸਚਨ, ਪੰਜਾਬੀ, ਸਿੱਖ ਅਤੇ ਮੁਸਲਮਾਨ, ਸਾਰੇ ਇਕੱਠੇ ਇੱਕ ਸ਼ੋਟ ਲਿਆ ਸੀ। ਉਹ ਬਹੁਤ ਵਧੀਆ ਪੋਜ਼ੀਟਿਵ ਮੈਸੇਜ, ਬਹੁਤ ਚੰਗੀ ਆ। ਜਦੋਂ ਕਿਸੇ ਉੱਤੇ ਆਈ ਹੋਵੇ ਸਾਰਿਆਂ ਇਕੱਠੇ ਹੋਣਾ ਚਾਹੀਦਾ, ਖੁਸ਼ੀ ਵਿੱਚ ਇਕੱਠੇ ਨਾ ਹੋਵੋ,
ਪਰ ਜੇ ਕੋਈ ਦੁੱਖ ਵਿੱਚ ਹੁੰਦਾ ਇਕੱਠੇ ਹੋਣਾ ਬਣਦਾ ਗਾਇਸ। ਸੋ ਇਕੱਠੇ ਰਹੋ, ਪਿਆਰ ਰਹੋ ਇੱਕ ਦੂਜੇ ਨੂੰ ਦੱਸਦੇ। ਸੋ ਗਾਇਸ ਹੋਪ ਤੁਸੀਂ ਇੰਜੋਏ ਕੀਤਾ ਹੋਣਾ। ਗਾਇਸ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਚੈਨਲ ਨੂੰ, ਅਤੇ ਆਪਾਂ ਤੁਹਾਨੂੰ ਹੋਰ ਵਾਸਤੇ ਹੋਰ ਵਧੀਆ ਵਧੀਆ ਰਿਐਕਸ਼ਨ ਲੈ ਕੇ ਆਵਾਂਗੇ ਗਾਇਸ। ਸੋ ਆਪਾਂ ਮਿਲਦੇ ਅਗਲੀ ਵੀਡੀਓ ਦੇ ਗਾਇਸ। ਸੋ ਵਰਕ ਹਾਰਡ, ਸਟੇ ਹੰਬਲ, ਟੇਕ ਕੇਅਰ ਗਾਇਸ, ਪੀਸ।